ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਸਰਕਾਰ ਦੀ ਬਣ ਰਹੀ ਸਟੇਜ ਦੇ ਚੱਲਦਿਆਂ ਵੇਈ ਕਿਨਾਰੇ ਲੱਗੇ ਦਹਾਕਿਆਂ ਪੁਰਾਣੇ ਦਰਖਤਾਂ ਦੀ ਸੁਰੱਖਿਆ ਦੇ ਨਾਂ ਹੇਠ ਕਟਾਈ ਦਾ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਖ਼ਤ ਨੋਟਿਸ ਲੈਂਦਿਆਂ ਇਸ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਕਿਹਾ ਕਿ ਵਣ ਵਿਭਾਗ ਵੱਲੋਂ ਇਹ ਕਟਾਈ ਰੁਕਵਾ ਦਿੱਤੀ ਗਈ ਹੈ। ਇਸ ਪੂਰੇ ਮਾਮਲੇ ਸਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੀਡੀਆ ਨਾਲ ਗੱਲ ਕੀਤੀ। ਸਾਨੂੰ ਤਾਂ ਕਈ ਦਿਨਾਂ ਦੇ ਜਿਹੜੇ ਆਈ ਜੀ ਸਾਹਿਬ ਨੇ ਵੀ ਕਿਹਾ ਸੀ, ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਜਿਹੜੀ ਹੈਗੀ ਆ ਸਹੀ ਤਰੀਕੇ ਦੇ ਨਾਲ ਜਿੰਨੀ ਇਹਦੀ ਕਟਾਈ ਅਸੀਂ ਕਰ ਸਕਦੇ ਹਾਂ। ਰਸਤੇ ਵਿੱਚ ਕੋਈ ਵੀ ਟਾਹਣਾ ਆਉਂਦਾ ਜਾਂ ਕੁਛ ਵੀ ਹੈ, ਰੁਕਾਵਟ ਵਾਲਾ ਸਾਨੂੰ ਕੋਈ ਪ੍ਰੋਬਲਮ ਨਹੀਂ, ਕਿਉਂਕਿ ਉਹਨੂੰ ਜਿਹੜੀ ਜਿੱਥੇ ਜਿਹੜੇ ਆਪਣੇ ਜਾਂ ਗੱਡੀਆਂ ਲੰਘਣ ਵਿੱਚ ਜਾਂ ਕਿਤੇ ਵੀ ਕੋਈ ਰੁਕਾਵਟ ਆ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ। ਉਹਦੇ ਵਾਸਤੇ ਅਸੀਂ 4 ਦਿਨ ਤੋਂ ਲੱਗੇ ਹੋਏ ਵੀ ਸੀ, ਇਹਦੇ ਲਈ ਰੈਸਟ ਹਾਊਸ ਤੋਂ ਲੈ ਕੇ ਅਸੀਂ ਉਹ ਕਟਵਾਈ ਕਰਵਾ ਰਹੇ ਸੀ ਅਤੇ ਉਸ ਦਿਨ ਤਾਂ ਅਸੀਂ ਅਚਾਨਕ ਸਾਨੂੰ ਦੱਸਿਆ ਬਾਬਾ ਜੀ ਉਹ ਤਾਂ ਸਾਰੇ ਵੱਢੀ ਜਾਂਦੇ ਸੀ। ਜਾ ਕੇ ਦੇਖਿਆ ਅਤੇ ਉਹ ਤਾਂ ਜਿਸ ਤਰ੍ਹਾਂ ਨਾ ਵੀ ਬੜਾ ਜ਼ਿਆਦਾ ਜਿਹੜਾ ਹੈਗਾ ਉਹ ਦੇਖ ਵੀ ਨਹੀਂ ਹੁੰਦਾ ਜਿਸ ਤਰ੍ਹਾਂ ਦੀ ਉਹਨਾਂ ਨੇ ਕਟਾਈ ਕੀਤੀ, ਕਿਉਂਕਿ ਕੋਈ ਵੀ ਚੀਜ਼ ਆ ਗੁਰਪੁਰਬ ਆ ਸਾਡੇ ਸਾਰਿਆਂ ਵਾਸਤੇ ਆ। ਜਿਹੜਾ ਜੋ ਦਰਖਤ ਆ ਲੰਗਰ 100 ਤੋਂ ਉੱਪਰ ਵੱਧ ਲੰਗਰ ਹੋ ਗਿਆ, ਚਾਹ ਪਕੌੜਿਆਂ ਦੇ, ਖੀਰਾਂ ਦੇ, ਦੂਸਰਿਆਂ ਦੇ, ਜਿਸ ਤਰ੍ਹਾਂ ਸਾਨੂੰ ਜਿਹੜੀ ਹੈਗੀ ਆ ਰੋਟੀ ਪਾਣੀ ਦੀ ਪ੍ਰਸ਼ਾਦੇ ਦੀ ਲੋੜ ਆ, ਸੌਣ ਵਾਸਤੇ ਟੈਂਟ ਸਿਟੀ ਹੋ ਗਿਆ, ਫਿਰ ਉਹਦੇ ਨਾਲ ਨਾਲ ਜਿਹੜੀ ਹੈਗੀ ਆ ਸਾਰੇ ਦੂਸਰੇ ਪ੍ਰਬੰਧ ਹੋ ਰਹੇ ਆ, ਜਿਹੜੀ ਸਾਡੇ ਜਿਉਣ ਵਾਸਤੇ ਸਾਹ ਲੈਣ ਵਾਸਤੇ ਹਵਾ ਦੀ ਵੀ ਲੋੜ ਆ ਅਤੇ ਹਵਾ ਦਾ ਕੀ ਪ੍ਰਬੰਧ ਆ, ਉਹ ਤਾਂ ਕੁਦਰਤ ਵਾਲਾ ਹੀ ਹੈ। ਉਹਦੇ ਦਰੱਖਤ ਹੀ ਆ ਜਿਹੜੇ ਸਾਨੂੰ ਆਕਸੀਜਨ ਦੇ ਸਕਦੇ, ਅਤੇ ਆਪਾਂ ਕਹਿੰਦੇ ਇੱਥੇ ਲੱਖਾਂ ਦੀ ਦੇ ਰੂਪ ਵਿੱਚ ਸੰਗਤ ਨੇ ਆਉਣਾ ਅਤੇ ਉਹਨਾਂ ਨੇ ਸਾਰਿਆਂ ਨੇ ਸਾਹ ਵੀ ਲੈਣਾ, ਸੋ ਉਹਨਾਂ ਨੂੰ ਸਾਹ ਦੇ ਵਾਸਤੇ ਸਹਾਈ ਹੋ ਸਕਦੇ, ਦਰੱਖਤ ਹੀ ਹੋ ਸਕਦੇ ਆ। ਅਤੇ ਜੇ ਅਸੀਂ ਦਰੱਖਤ ਹੀ ਕੱਟ ਦੇਵਾਂਗੇ, ਕਿਉਂਕਿ ਇਹ ਦਰੱਖਤ ਕੋਈ ਅੱਜ ਨਹੀਂ ਲੱਗੇ, ਘੱਟੋ ਘੱਟ 10-15 ਸਾਲਾਂ ਦੇ ਜਿਹੜੇ ਹੈਗੇ ਦਰੱਖਤ ਲੱਗੇ ਹੌਲੀ ਹੌਲੀ ਉਹ ਵੱਡੇ ਹੋਏ ਆ, ਸੋ ਇਹਨਾਂ ਨੂੰ ਜੇ ਆਪਾਂ ਖੁਦ ਜੇ ਕਹਿ ਲਈਏ ਕਿ ਇਹ ਦਰੱਖਤਾਂ ਦੇ ਕਰਕੇ ਕੋਈ ਪ੍ਰੋਬਲਮ ਆ, ਸਾਨੂੰ ਤਾਂ ਨਹੀਂ ਲੱਗਦਾ ਕਿ ਆਉਣੀ ਚਾਹੀਦੀ ਹੈ। ਸੋ ਅਸੀਂ ਜਿਹੜੀ ਹੈਗੀ ਆ ਕਿ ਜੇ ਆਪਾਂ ਕੁਦਰਤ ਦੀ ਬਿਊਟੀ ਜਿਹੜੀ ਹੈਗੀ ਆ ਉਹਨੂੰ ਅਸੀਂ ਖਤਮ ਕਰਕੇ, ਇੱਕ ਬੰਨੇ ਤਾਂ ਅਸੀਂ ਸਜਾਉਣ ਡਏ ਹਾਂ, ਬਹੁਤ ਕੁਛ ਸਜਾਵਟ ਬਣਾ ਰਹੇ ਹਾਂ, ਦੂਸਰੇ ਬੰਨੇ ਬਹੁਤ ਕੁਛ ਅਸੀਂ ਜਿਹੜੇ ਹੈਗੇ ਆ ਮਾਇਆ ਖਰਚ ਕੇ ਅਸੀਂ ਬਹੁਤ ਵੱਡੇ ਪੰਡਾਲ ਲਾ ਰਹੇ ਹਾਂ, ਟੈਂਟ ਸਿਟੀ ਲਾ ਰਹੇ ਹਾਂ। ਸੋ ਜੇ ਅਸੀਂ ਕੁਦਰਤ ਦੀ ਜਿਹੜੀ ਹੈਗੀ ਆ ਬਿਊਟੀ ਹੈਗੀ ਆ ਉਹਨੂੰ ਅਸੀਂ ਵੱਢ ਦੇਵਾਂਗੇ, ਫਿਰ ਉੱਥੇ ਬਚੂਗਾ ਕਿ ਵੇਈ ਦੇ ਉੱਤੇ ਹੈ ਕੀ ਆ, ਦਰੱਖਤ ਹੀ ਆ। ਸੋ ਅਸੀਂ ਇਹੀ ਬੇਨਤੀ ਕੀਤੀ ਸੀਗੀ ਕਿ ਇਹਨਾਂ ਨੂੰ ਨੈਚੁਰਲ ਤਰੀਕੇ ਦੇ ਨਾਲ ਜੋ ਵੀ ਲਾਉਣ ਨੂੰ ਅਸੀਂ ਤਿਆਰ ਹਾਂ, ਕੋਈ ਪ੍ਰੋਬਲਮ ਨਹੀਂ। ਸੁਰੱਖਿਆ ਦਾ ਕਾਰਨ ਕਹਿੰਦੇ ਵੀ ਸੁਰੱਖਿਆ ਕਰਕੇ ਇੱਥੇ ਕੋਈ ਬੰਦਾ ਲੁੱਕ ਨਾ ਜਾਵੇ, ਕੁਛ ਹੋਰ ਨਹੀਂ, ਉਹਦੇ ਵਾਸਤੇ ਜਿਹੜਾ ਹੈਗਾ ਸਿਕਿਉਰਿਟੀ ਨੂੰ ਵਧਾਇਆ ਜਾ ਸਕਦਾ, ਬੰਦਿਆਂ ਦੀ ਤਾਦਾਦ ਨੂੰ, ਉਹ ਤਾਂ ਵੇਈ ਦੇ ਕੰਨੇ ਹੀ ਆ, ਬਾਕੀ ਸਾਰੇ ਜਗ੍ਹਾ ਸਿਕਿਉਰਿਟੀ ਤਾਂ ਸਾਰੀ ਲੱਗੀ ਹੋਈ ਹੈ। ਘੱਟੋ ਘੱਟ ਇੱਥੇ ਅਸੀਂ ਦੇਖ ਰਹੇ ਹਾਂ ਜਿਹੜੇ ਹੈਗੇ ਆ ਸ਼ਾਮ ਨੂੰ ਵੀ ਆ ਇੰਨੇ ਜ਼ਿਆਦਾ ਜਿਹੜੇ ਹੈਗੇ ਸਫਾਈ ਵਾਲੇ ਕਰਮਚਾਰੀ ਲੱਗੇ ਹੋਏ ਆ, ਉਹਦੇ ਵਾਸਤੇ ਅਸੀਂ ਸਾਰਾ ਸਹਿਯੋਗ ਕਰਨ ਨੂੰ ਤਿਆਰ ਹਾਂ, ਅਸੀਂ ਸੰਗਤ ਨੂੰ ਨਾਲ ਖੜ੍ਹੇ ਕਰਨ ਨੂੰ ਤਿਆਰ ਹਾਂ, ਜਿੱਥੇ ਕੋਈ ਮਹਿਸੂਸ ਹੋਵੇ ਅਸੀਂ ਤਾਂ ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਇਹ ਸਮਾਗਮ ਖੁਸ਼ੀਆਂ ਖੇੜਿਆਂ ਦੇ ਨਾਲ ਅੱਗੇ ਵਧੇ। ਪਰ ਤੁਹਾਡੇ ਮੁਤਾਬਕ ਕੀ ਲੱਗ ਰਿਹਾ? ਕਹਿੰਦੇ ਸਾਨੂੰ ਤਾਂ ਉਹ ਲੱਗਦਾ ਕਿ ਜਿਹੜੀ ਹੈਗੀ ਹੈ ਉਹ ਜਿਹੜੀ ਹੈਗੀ ਉਹਦੀ ਬਿਊਟੀਫਿਕੇਸ਼ਨ ਆ ਉਹ ਰਹਿਣੀ ਚਾਹੀਦੀ ਹੈ, ਨੈਚੁਰਲੀ ਹੋਣੀ ਹੈ, ਉਹਨੇ ਜਿਹੜੀ ਥੋੜ੍ਹੀ ਬਹੁਤੀ ਸਾਂਗ ਸਿਖਾਈ ਆ ਉਹ ਅਸੀਂ ਅੱਗੇ ਵੀ ਪਹਿਲਾਂ ਦੇ ਲੱਗੇ ਹੋਏ ਹਾਂ ਉਹ ਹੁਣ ਕਰ ਦਾਂਗੇ। ਅਸੀਂ ਇਹੋ ਹੀ ਕਿਹਾ ਸੀਗਾ ਕਿ ਜਿਹੜੀ ਇਹਨੂੰ ਬੰਦ ਕੀਤਾ ਜਾਵੇ, ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਜਿਸ ਤਰੀਕੇ ਦੇ ਨਾਲ ਕਟਾਈ ਸ਼ੁਰੂ। ਜਦੋਂ ਕਟਾਈ ਦੇਖੀ ਤੁਸੀਂ ਇਸ ਚੀਜ਼ ਨੂੰ ਕਾਫੀ ਉਹਨਾਂ ਨੂੰ ਗੰਭੀਰ ਲਿਆ ਸੀਗਾ, ਤਾਂ ਉਸ ਤੋਂ ਬਾਅਦ ਕੀ ਉਹਨਾਂ ਨੂੰ ਸ਼ਾਬਾਸ਼ ਦਿੱਤਾ? ਨਹੀਂ, ਉਹਨਾਂ ਨੇ ਜਿਹੜਾ ਸੀਗਾ ਜਿਹੜੇ ਵਣ ਵਿਭਾਗ ਵਾਲੇ ਆ ਉਹ ਆ ਗਏ ਸੀ, ਉਹ ਕਹਿੰਦੇ ਬਾਬਾ ਜੀ ਜਿੱਦਾਂ ਤੁਸੀਂ ਕਹੋਗੇ ਅਸੀਂ ਉੱਥੇ ਕਰਾਂਗੇ। ਫਿਰ ਜਿਹੜੇ ਉਹ ਬੰਦੇ ਪਿੱਛੋਂ ਆਰ ਲਾ ਕੇ ਕੁਛ ਇਹਨੂੰ ਨਜਾਇਜ਼ ਕਰਵਾ ਰਹੇ ਸੀ, ਇਹਦੇ ਪਿੱਛੇ ਸੀਗੇ ਕੁਛ ਲੋਕ, ਵਣ ਵਿਭਾਗ ਨੂੰ ਮੋਹਰਾ ਬਣਾ ਰਹੇ ਸੀ, ਫਿਰ ਉਹ ਜਦੋਂ ਵਣ ਵਿਭਾਗ ਨੇ ਕਹਿ ਦਿੱਤਾ ਜੀ ਅਸੀਂ ਜਿਸ ਤਰ੍ਹਾਂ ਬਾਬਾ ਜੀ ਕਹਿਣਗੇ ਅਸੀਂ ਇਹਨਾਂ ਦੇ ਨਾਲ ਹੋ ਕੇ ਕਰਾਂਗੇ, ਫਿਰ ਉਹ ਚਲੇ ਗਏ ਵਾਪਸ। ਧੰਨਵਾਦ ਜੀ।